बोलो भाई। 0-343-43 82-15 323 वैस भाई का भी साथ ले देते हैं जी। वैस भाई जी जी 0332 0605 जी 325 ठीक है जी। मश बच्चे को उम्र कुछ नहीं हड्डियां वेख ले बच्चे दी क्या बात है। पाठ वेखो जी सरकार क्या पता तुम दस लेकर वीडियो आऊंगे चलो जी। जी भाई क्या नाम है तुहाड़ा? फरूक सपराज। फरूक सपराज ते पिंड दा की नाम है जी अपने दा? 323 क्यामपुर जी। 323 क्यामपुर जी। टोबा जी शहर जिला तुहाड़ा? जी जिला तहसील टोबा डेक सिंह मेन सिटी तो तकरीबन 7-8 किलोमीटर दा फासले ते। सही है माशाल्लाह जी। कितने जानवर जी अपने कोल? जी मेरे को 20 जानवर ने। माशाल्लाह जी माशाल्लाह साहब बड़ा दिल खुश होया तुहाडा जानवर वेख के जी। बड़ा यानी के भी ब्लड चंगा वा ब्लड शो कर रहे हैं ब्लड दे आके जी। ਐਹੀ ਮੈਂ ਤੁਹਾਨੂੰ ਰੋ ਰਿਹਾ ਅੱਗੇ ਵੀ ਉੱਥੇ ਬੈਠਿਆ ਨਹੀਂ ਬੱਕਰਾ ਇੱਕ ਛੱਡੋ ਮੇਰੇ ਕੋਲ ਅੰਕਲ ਜੀ ਬੱਚਾ ਬਹੁਤ ਚੰਗਾ ਵਾ ਕਿਸੇ ਨੇ ਖੜਿਆ ਵਾ ਖੀਰਾ ਵਾ 38 ਕਿ ਉੱਚਾ ਵਾ 6 ਕਾਲਾ ਟੋਕਾਂ ਵਾਲੇ ਬੱਕਰੇ ਦੀ ਮਤਲਬ ਖੂਨ ਚੋਂ ਟੋਕਾਂ ਵਾਲੇ ਬੱਕਰੇ ਦਾ ਪੁੱਤ ਦਾ ਗਾਂ ਪੁੱਤ ਜਿਹੜਾ ਸੇਲ ਕੇਸ ਕੋਲ ਸੀ ਨਾ ਬੱਕਰਾ ਟੋਕਾ ਵਾਲਾ ਅੱਛਾ ਕੱਚੇ ਖੂਲ ਵਾਲਾ ਸੇਲ ਉਹਨਾਂ ਕੋਲ ਨਹੀਂ ਸੀ ਹਾਂਜੀ ਕਿਸਾਨ ਦੇ ਕੋਲ ਉਹਨਾਂ ਦੇ ਕੋਲੋਂ ਮੈਂ ਬੱਚਾ ਲੈ ਕੇ ਆਇਆ ਸੀ ਜੀ 75,000 ਦਾ ਸੇਲ ਕੇਸ ਉਹਨਾਂ ਕੋਲੋਂ ਹਾਂਜੀ ਸੇਲ ਕੇਸ ਕੇ ਕੋਲੋਂ ਬੱਕਰੀ ਲੱਗ ਕੇ ਬੱਕਰੀ ਕ੍ਰਾਸ ਹੋ ਕੇ ਆਈ ਬਾਬੇ ਮੀਰ ਸ਼ਾਹ ਦੇ ਇਰਦ ਗਿਰਦ ਰਹਿੰਦੇ ਕਾਠੀ ਹਾਂ ਫਾਰਮ ਆ ਸਹੀ ਹੈ ਜੀ ਗਾਵਾਂ ਦਾ ਅਸਲ ਜੇ ਸਾਈਵਾਲ ਨਸਲ ਉੱਥੇ ਹੀ ਖਾਣੇ ਵਾਲਾ ਜੀ ਜੀ ਉੱਥੇ ਮੁੰਡਾ ਸੇਲ ਕੇਸ ਬੈਠਾ ਟਿੱਬਿਆਂ ਦੇ ਉੱਤੇ ਜੀ ਬਿਲਕੁਲ ਟਿੱਬਿਆਂ ਦੇ ਬੈਠਾ ਮਾਸ਼ਾਅੱਲਾ ਬੜਾ ਅੱਛਾ ਮੁੰਡਾ ਬਹੁਤ ਸ਼ੌਕ ਉਹਨੇ ਕਰਾਇਆ ਦੇ ਕੀਤਾ ਔਰ ਇਹਨਾਂ ਨੇ ਬੱਚੇ ਵੇਖ ਕੇ ਬੜਾ ਦਿਲ ਖੁਸ਼ ਹੋਇਆ ਮੈਂ ਦੁੰਦਾ ਵੇਚਿਆ ਜੀ ਜਨਾਬ ਮੈਂ ਰਹਿ ਛੇਲੀ ਦਾ ਭਰਾ ਅੱਛਾ ਅੱਛਾ ਡੱਬਾ ਬੱਕਰਾ ਜੀ ਦੁੰਦਾ ਵੇਚਿਆ 44 ਉੱਚਾ 58 ਲੰਮਾ 3.5 ਲੱਖ ਰੁਪਏ ਦਾ ਮਾਸ਼ਾਅੱਲਾ ਵਿੱਚ ਇਹ ਗੁਜਰਾਲੇ ਸਹੀ ਹੈ ਅਲੀ ਮਹਿਰ ਉਹਨਾਂ ਨੂੰ ਬਿੱਤ ਉਹਦੀ ਉਹ ਮੇਰੇ ਕੋਲ ਇੱਕ ਪਾਠਾ ਜੀ ਸਹੀ ਹੈ ਰਾਨ ਅਲੀ ਗੱਡੀ ਕੱਢਵਾ ਉਸੇ ਬੱਕਰੇ ਦੀ ਸੇਮ ਨਕਸ਼ਾ ਪਿਆ ਹੋਇਆ ਹੈ ਉਹ ਛੇਲੀ ਹੈ ਜੀ ਆ ਕੇ ਉਹ ਆ ਕੇ ਮੈਂ ਉੱਥੇ ਬੱਕਰਾ ਲੈ ਕੇ ਆਇਆ ਕਿਸ ਵਾਲਾ ਬੱਕਰਾ ਸੀ ਜੀ ਜਿਹੜਾ ਬਾਬੇ ਅਲੀ ਅਮਨ ਦਾ ਉਹਦਾ ਪੁੱਤ ਦਾ ਗਾਂ ਪੁੱਤ ਸੀ ਉਹ ਜਿਹੜੀ ਕੱਕੀ ਡੱਬੀ ਸੀ ਐ ਮੂੰਹ ਖਿਰੀ ਹੈ ਨਹੀਂ ਭਰੀ ਹੁੰਦੀ ਹੋਗੀ ਹੁੰਦੀ ਹੋਗੀ ਜੀ ਮਾਸ਼ਾਅੱਲਾ ਆ ਜਾਨੀ ਆਨ ਛੇਲੀ ਕਰ ਮਲਕਾ ਜੀ ਮਲਕਾ ਉਹ ਕਾ ਸਵਾਲ ਅਲੀ ਦੱਬੀ ਹੋਗਾ ਮਾਸ਼ਾਅੱਲਾ ਜੋ ਬਣੀ ਵੀ ਗੱਡੀ ਫੜ ਜਾ ਫੜ ਜਾ ਜੀ ਬਣੀ ਫੜ ਜਾ ਨਾ ਇੱਥੇ ਬੈਠ ਹੁੰਦਾ ਉਹਨੇ ਬੈਠ ਥੱਲੇ ਬੈਠ ਜਾ ਇਹ ਵੀ ਉਸੇ ਬੱਕਰੇ ਦੀ ਹੈ ਕਿਸੇ ਹੋਰ ਦੀ ਹੈ ਨਹੀਂ ਜੀ ਇਹ ਕਿਸਾਂ ਵਾਲਾ ਬੱਕਰਾ ਜਿਹੜਾ ਸੀ ਹਾਂ ਉਹਦੇ ਪੁੱਤ ਦੀ ਸਹੀ ਹੈ ਸਹੀ ਹੈ ਜੀ ਲੈ ਲਾ ਲੈ ਲੈ ਬਿਹਤਰ ਹੈ ਜੀ ਤੋ ਪੱਠੇ ਕੀ ਬੜਾ ਜੋ ਹੈ ਕੁਆਲਿਟੀ ਉਹ ਬੜੀ ਬਿਹਤਰੀਨ ਹੈ ਜੀ ਇਧਰ ਮਾਸ਼ਾਅੱਲਾ ਹਾਂ ਇਹ ਬੱਚੇ ਦੇ ਕੰਨ ਪੱਟੇ ਦੀ ਹੈ ਅੱਛਾ ਇਹ ਕੰਨ ਪੱਟੇ ਦੀ ਮਾਸ਼ਾਅੱਲਾ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਫਰੂਕ ਸਪਰਾ ਹੈ ਫਰੂਕ ਸਪਰਾ ਸਾਹਿਬ ਇਸ ਬਥੇਰੇ ਆ ਟੋਕਾਂ ਵਾਲੇ ਬੱਕਰੇ ਦੇ ਪੁੱਤ ਦੀ ਧੀ ਆ ਜੀ ਇਹ ਠਾਈ ਮੁੰਡਾ ਆਬਦ ਕੇਸ ਆ ਜੀ ਅੱਛਾ ਉੱਥੇ ਭੂਪੜੀਆਂ ਅੱਡਾ ਜਿੱਥੇ ਹਾਜੀ ਡਾਰ ਰਹਿੰਦਾ ਜੀ ਉੱਥੋਂ ਮੈਂ ਲੈ ਕੇ ਆਇਆ ਹਾਂਜੀ ਆ ਕਾਲੀ ਡੱਬੀ ਜੀ ਅੱਛਾ ਤੂੰ ਲੈ ਕੇ ਆਂਦੀ ਜੀ ਇਹ ਲੈ ਕੇ ਆਂਦੀ ਬਾਕੀ ਦਾ ਸ਼ੌਕ ਕਰਾਉਣਾ ਤੇ ਮੰਗੇ ਦੇ ਸਕਣਾ ਕਿ ਜਨਾਬ ਕੋਈ ਮਸਲਾ ਨਹੀਂ ਤਾਲੀ ਇਹ ਨੰਬਰ ਬਣਾ ਇਸ ਬੱਕਰੀ ਦੀ ਪਾਠਾ ਜਾ ਲਾਲਾ ਜੀ ਇਸ ਬੱਕਰੀ ਦੀ ਮਾਸ਼ਾਅੱਲਾ ਇਹ ਜੁਗਨੀ ਬੱਕਰੀ ਮੇਰੀ ਘਰ ਦੀ ਹੈ ਜੀ ਯਮਨ ਬੱਕਰਾ ਆਇਆ ਸੀ ਜੀ ਕਿਲਾ ਦੇ ਦਾਰ ਸਿੰਘੋਂ ਕਿਲਾ ਦੇ ਦਾਰ ਸਿੰਘੋਂ ਹਾਂਜੀ 2.25 ਲੱਖ ਰੁਪਏ ਦਾ ਸੀ ਪਿੱਛੋਂ ਲਿਆ ਸੀ 2.5 ਲੱਖ ਰੁਪਏ ਦਾ ਅੱਗੇ ਸੇਲ ਕੀਤਾ ਸੀ ਇੱਥੇ ਕੈਰੋਂ ਪਿੰਡ ਆ ਉੱਥੇ ਦਾ ਮੀਆਂ ਫਰੂਕ ਹੈ ਜੀ ਉਹਨਾਂ ਦੀ ਉਹ ਯਾਰੀ ਵਾਲੀ ਇਹਦੀ ਭੈਣ ਕੱਢੀ ਸਹੀ ਉਹ ਬੱਚੇ ਮਾਰੇ ਕੋਲ ਪੱਟਾ ਨਾ ਆਲੇ ਰਾਣੋ ਇਹਦੀ ਉਮਰ ਬਹੁਤ ਛੋਟੀ ਹੈ ਜੱਟ ਕਠੋਰੇ ਦੀ ਆ ਫੜ ਫਰੂਕ ਆ ਫੜ ਬੱਕਰੀ ਆ ਛੱਡ ਦੇ ਬੱਕਰੀ ਛੱਡ ਦੇ ਕਠੋਰਾ ਫੜ ਕੀ ਏਜ ਹੋਏਗੀ ਬਈ ਇਹਦੀ ਇਹ ਤਕਰੀਬਨ ਜੀ ਬਾਈ 5-5.5 ਮਾਸ਼ਾਅੱਲਾ ਇਹ ਜੋ ਮੇਰੇ ਪਾਸ ਸ਼ਾਹ ਵਾਲਾ ਬੱਕਰਾ ਹੈ ਨਾ ਜ਼ੁਨੈਰ ਭਾਈ ਉਸ ਦਾ ਬੇਟਾ ਹੈ ਅੱਛਾ ਇਹ ਦੇਣਾ ਪਰਮਾ ਦੇ ਇੱਕ ਬੱਕਰਾ ਜੀ ਜੋ ਕੋ ਬੰਦਾ ਮੰਗੇ ਤਾਂ ਉਹਨਾਂ ਦਾ ਰابطਾ ਕਰ ਸਕਣਾ ਵਾ ਜਨਾਬ ਤਾਬੇਦਾਰ ਹਾਂ ਲੋ ਜੀ ਸਹੀ ਜੀ ਮਾਸ਼ਾਅੱਲਾ ਠੀਕ ਹੈ ਚਲੋ ਲੋਕ ਆ ਸ਼ੌਕ ਦਾ ਵਧਾਈਏ ਬੱਕਰੀਆਂ ਫੇਰ ਸ਼ਾਹ ਵਾਲੇ ਕੋ ਲੱਗੀਆਂ ਨੇ ਹੁਣ ਬਾਕੀ ਤਕਰੀਬਨ ਸਾਰੀਆਂ ਸ਼ਾਹ ਵਾਲੇ ਬੱਕਰੇ ਕੋ ਲੱਗੀਆਂ ਨੇ ਮਾਸ਼ਾਅੱਲਾ ਜੀ ਸੋਹਣੇ ਜਾਨਵਰ ਨੇ ਜੀ ਆ ਬੱਕਰੀ ਹੈ ਜੀ ਅੰਕਲ ਜੀ ਇਹ ਵੀ ਮੇਰੀ ਘਰ ਦੀ ਬਰੀਡ ਇਹ ਜਿਹੜਾ ਸ਼ੇਖੂਪੁਰੋਂ ਬੱਕਰਾ ਆਇਆ ਸੀ
किस बकरे दी गब्बा ने जी कान पाटे दी माशाल्लाह किन्ना टाइम लगेगी जी सही है माशाल्लाह जी थोड़ी ओदन करे पिछे चड्डा भाई पहला वरना भी दिखाते हैं जी आपको माशाल्लाह जी क्या दूध दी एवरेज इंदी रही है जी भाई जी पिछले सुबह 5 लीटर काटती रही है दोनों टाइम दा साफ सुथरा माशाल्लाह जी बढ़िया जी अच्छा सोनू तैयार है जे को बच्चा बंदा मंगे तो दे सकना किसी को तो नहीं दे देंगे जी सूप पे थे हां जी सूप पे तो दे देंगे ते जिस मुंह दा दा खाए थे तीसरा सुबह सुना अंकल जी ना जो बकरी भी लवे तां भी इनदा आटा करे कोई मसला सही है जी सही है बेहतर है माशाल्लाह जी और कोई एक दो निकाल लो जी ओ लाल सस्सी ओ परली बकरी यानी आ ली सी जड़ तो आ इधर जरूर करने एवें चादर है वइयां इंज चारा करो घरे मंजे इदे ही करी आ जसका नहीं ये इंज चारा के चाचा ते दाने वाली खीर कर दंदा डंगर ये भी भाई जी कान पाटी है हां जी अच्छा पहले न सुई है खीरी सूपी थी जी सही है तो हुन इस टाइम चौगी है जी चौगी है माशाल्लाह जी तो मकड़े प्रिंट में आ जाएगी ये भी और ये प्रेयर भाई वो बकरी का थर्जेट है जो कहते शर्म कहते हो तो लड्डू पाठी मेरी हां 2.5 लीटर 2 लीटर सही है जितना दी चराई है उदा उस हिसाब दे नाल सही है माशाल्लाह जी थोड़ी जो उदन करो जरा पीछे बहुत चढ़ा दिखाइए सच्ची पूरा लाडू सारा सही माशाल्लाह जी बेहतर है जी माशाल्लाह ए किन्ने सुवे जी ये भी भाई जी पिजन सुवे ये भी फर्स्ट टाइम मेरा जी और इने जो बच्चे कुछ दे सेल भी कीते हुए तुसी जी भाई सारीयां दे तकरीबन बच्चे सेल कीते है सिर्फ कुछ एक रखे ने हां जी कुछ रखे ने सही है माशाल्लाह जी हुणे दोबारा क्रॉस हो गईयां ने जी जी भाई सही बेहतर है जी ठीक है जी माशाल्लाह ऑस्ट्रेलियन दी खूबसूरत चीज है जी कान शान देख सकते हैं माशाल्लाह ओवरऑल अच्छी पट है ले लो हां जी ए वे सुआ जी जी ये भी दूजन सुई है भाई सेकंड टाइम उस दिन गल कर रहे हैं जिक्र कर रहे थे ना कल अमजद भाई दा अमजद भाई कच्चे स्टाफ वाले पूरे आए बागा दे विच जी बागा नहीं बने के ओथे अकमल भाई ने अकमल गुजर उन्होंने लेंदा ही बकरा वो बकरा ने लेके छड़ी ओदी पाटे की माशाल्लाह जी ये भी मकड़ी काउंट होएगी जी नहीं असल प्योर नागरी है अच्छा जी प्योर नागरी असल आ वा लता लाल लता लाल वाली असल प्योर जो नागरी जो क्रॉस होन तो ककिया क्रॉस हो गई हां जी असल नागरी आ प्योर एक नंबर सही जी सही जते इनदी क्या दूध दी एवरेज रही भाई ए भाई ये दा एको ही बच्चा वा इथे चंगदा उमरिया खोली छला खत्म हो गई है खत्म हो गई है जी यानी बच्चा ही पी रिया हां जी बच्चा ही पी रिया जी ये भी उधर दिशा बहुत इलाके दी है पिछले साल मैं खुद खरीदी है मैं अपने घरों 50,000 की ले ली वेची सी जी हूं 1,15,000 की खरीदी है अच्छा हां जी आ छेला जी माशाल्लाह सही है हजे तक दूध पी रहे हैं जी जी हां जी भाई दूध पी रहे हैं ये भी बच्चा पी रहा है छेलियां भी दोवें पी रही हैं एक इथे देखे सारे दूध पी रहे हैं सही है जी और तो नहीं कटी हां केड़ी कटी है ना जो आवे के बदली है हां आ दोवें जोड़ा फाड़ लिया आ जा मैं नहीं माशाल्लाह अच्छा दूध वगैरह सेल नहीं करते हो तुसी ਬਾਈ ਜੀ ਸਾਡੇ ਕੋ ਘਰ ਵੀ ਆਏ ਕਹਿ ਰਹੀ ਨੇ ਮਹਿਮਾਨ ਮੱਝਾਂ ਗਾਵਾਂ ਦਾ ਵੇਚ ਲਈਦਾ ਜੀ ਸਹੀ ਹੈ ਬੱਕਰੀਆਂ ਦਾ ਸਾਡੇ ਘਰ ਨਜ਼ਾਮ ਬੱਚੇ ਵਗੈਰਾ ਯੂਜ਼ ਕਰ ਲੈਤੇ ਹੈ ਜਿੰਨਾ ਸਾਰਾ ਹੀ ਮਾਸ਼ਾਅੱਲਾ ਜੀ ਤੋ ਅਗੇਨ ਪੱਠੇ ਦਿਖਾ ਰਹੇ ਹਾਂ ਜੀ ਆਪਕੋ ਪਹਿਲਣਾ ਨੇ ਜੀ ਜੀ ਪਹਿਲਣਾ ਬਾਈ ਮਾਸ਼ਾਅੱਲਾ ਜੀ ਹੁਣ ਇਹ ਕ੍ਰਾਸ ਹੋ ਗਈਆਂ ਨੇ ਜੀ ਬਾਈ ਜੀ ਸਹੀ ਹੈ ਜੀ ਮਿੱਤਰ ਮਾਸ਼ਾਅੱਲਾ ਜੀ